ਦੋਸਤੋ ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਇੰਦਰਜੀਤ ਨਿੱਕੂ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਨਵੇਂ ਸਾਲ ਦੇ ਪਹਿਲੇ ਵੀਕ 3 ਜਨਵਰੀ ਨੂੰ ਸਾਡੀ ਮੂਵੀ ਜਾਣ ਤੋਂ ਪਿਆਰਾ ਜ਼ਰੂਰ ਦੇਖਿਓ, ਐਂਡ ਜਿਵੇਂ ਤੁਸੀਂ ਸਾਨੂੰ ਪਿਆਰ ਕਰਦੇ ਹੋ ਸਾਡੀ ਮੂਵੀ ਨੂੰ ਪਿਆਰ ਕਰਿਓ। ਨਾਲ ਨਾਲ ਫੋਕਸ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਾਰੇ ਜਾਣੇ ਪਿਆਰ ਦਿਓ ਇਹਨਾਂ ਦੀ ਸਾਰੀ ਟੀਮ ਨੂੰ, ਕਿਉਂਕਿ ਸਾਰੀ ਟੀਮ ਬਹੁਤ ਮਿਹਨਤ ਕਰਦੀ ਹੈ। ਉੱਦਾਂ ਮੇਰੇ ਨਾਮ ਦੇ ਪਿੱਛੇ ਨਾ ਅੱਗੇ ਜੀ ਨਾ ਪਿੱਛੇ ਜੀ, ਨਿੱਕੂ ਹੀ ਆ ਗੱਲਾਂ ਹੈ ਨਾ। ਬਹੁਤ ਬਹਾਦਰ ਵਾਲਾ ਨਾਮ ਹੈ ਮੇਰਾ ਦੋਸਤੋ, ਸਾਰੇ ਮੈਨੂੰ ਇਹਦਾ ਨਿੱਕੂ ਹੈ ਨਾ। ਇਹਦੇ ਵਿੱਚ ਥੋੜ੍ਹਾ ਜਿਹਾ ਮੈਂ ਰਿਸਪੈਕਟ ਲਈ ਹੈ ਕਿ ਜੇ ਕੋਈ ਗਿੱਲ ਕਹਿੰਦਾ ਨਾ, ਮੈਂ ਦੇਖਦਾ ਵੀ ਨਹੀਂ, ਸੋਚਦਾ ਨਹੀਂ ਪਿੱਛੇ ਕੋਈ ਹੈਗਾ, ਕਿਉਂ ਕਹਿੰਦਾ ਗਿੱਲ ਸਾਹਿਬ ਨਾਲੇ। ਹਾਂਜੀ ਗਿੱਲ ਸਾਹਿਬ ਯਾਰਾਂ ਦੇ ਯਾਰ ਨੇ, ਗਿੱਲ ਸਾਹਿਬ ਗਿੱਲ ਸਾਹਿਬ ਦਿਲਾਂ ਦੇ ਦਿਲਦਾਰ, ਗਿੱਲ ਸਾਹਿਬ ਯਾਰਾਂ ਦੇ ਯਾਰ ਨੇ, ਗਿੱਲ ਸਾਹਿਬ ਜਿੰਨਾ ਚਿਰ ਵੇਖ ਨਾ ਲਾਉਂ ਮੈਂ ਮੇਰੀ ਜਾਨ ਨੂੰ, ਉਹਨਾਂ ਚਿਰ ਜਾਨ ਵਿੱਚ ਜਾਨ ਆਵੇ ਨਾ। ਓਏ ਰੰਨਾ ਵਾਲਿਓ, ਸਾਡਾ ਵੀ ਵਿਆਹ ਹੋ ਗਿਆ, ਸਾਡਾ ਵੀ ਵਿਆਹ, ਹੁਣ ਅੱਧੀ ਰਾਤੀ ਤਾਜ਼ੀ ਗਰਮਾ ਗਰਮ ਮਿਲੂਗੀ, ਨਾਲੇ ਤਾਨਿਆ ਤੋਂ ਮਾਨਾ ਓਏ ਬੱਚਾ ਹੋ ਗਿਆ। ਓਏ ਰੰਨਾ ਵਾਲਿਓ, ਸਾਡਾ ਵੀ ਵਿਆਹ ਹੋ ਗਿਆ। ਮੇਰੇ ਨਾਲ ਜਿਹੜੀ ਸਟਾਰਕਾਸਟ ਮਲਟੀ ਸਟਾਰਕਾਸਟ ਸਾਡੀ ਮੂਵੀ ਹੈ, ਜਿਹਦੇ ਵਿੱਚ ਰਾਜ ਜੁਜਾਰ, ਮੰਗੀ ਮਾਲ, ਸਰਦਾਰ ਸੋਈ ਸਾਹਿਬ, ਰਾਣਾ ਜੰਗ ਬਹਾਦਰ, ਸਾਕਸ਼ੀ ਮੰਗੋ, ਯੁਗਲੀਨ, ਫਿਰ ਪੋਟੂ ਸ਼ਾਹ ਜੀ, ਕੁੱਲੇ ਸ਼ਾਹ ਜੀ, ਡਿਪਟੀ ਰਾਜਾ, ਪਟੀਲਾ, ਚਾਚਾ ਚਪੇੜਾ, ਬਹੁਤ ਸਾਰੇ ਕਰੈਕਟਰ ਨੇ ਜਿਹੜੇ ਬਹੁਤ ਅੱਛੇ ਆਰਟਿਸਟ ਨੇ, ਅਤੇ ਪਾਕਿਸਤਾਨ ਤੋਂ ਵੀਨਾ ਮਲਿਕ, ਉਹ ਵੀ ਇਸ ਮੂਵੀ ਦੇ ਵਿੱਚ ਨੇ। ਅਤੇ ਉਹ ਤੋਂ ਬਾਅਦ ਆ ਜਾਂਦੇ ਨੇ ਜਿਹੜੇ ਸਾਡੀ ਫਿਲਮ ਦੇ ਥੋੜ੍ਹੀ ਬੈਕ ਐਂਡ 'ਤੇ ਰਹਿੰਦੇ ਨੇ, ਜਿਹਨਾਂ 'ਚੋਂ ਸਭ ਤੋਂ ਜ਼ਰੂਰੀ ਅੰਗ ਜਿਹੜਾ ਸਾਡੀ ਫਿਲਮ ਦਾ, ਉਹ ਪ੍ਰੋਡਿਊਸਰ। ਇੱਧਰ ਬੈਠੇ ਨੇ ਗਗਨਦੀਪ ਜੀ, ਅਤੇ ਗਗਨਿੰਦਰ ਜੀ ਜਲੰਧਰ ਬੈਠੇ ਨੇ, ਅਤੇ ਤੀਜਾ ਸਾਡਾ ਪ੍ਰੋਡਿਊਸਰ ਭਰਾ ਸੰਜੇ ਮਠਾੜੂ ਇਸ ਟਾਈਮ ਬੰਬੇ, ਜਿਹੜੇ ਬਾਕੀ ਕਾਰੋਂ ਬਿਹਾਰ ਨੇ ਉਹ ਕਰਦੇ। ਲੈਫਟ ਹੈਂਡ ਸਾਈਡ 'ਤੇ ਸਾਡੀ ਗੱਡੀ ਦਾ ਕੈਪਟਨ, ਸਾਡੇ ਸ਼ਿਪ ਦਾ ਕੈਪਟਨ ਹਰਪ੍ਰੀਤ, ਸਾਡੀ ਇਸ ਇੰਡਸਟਰੀ ਦਾ ਸਭ ਤੋਂ ਛੋਟੀ ਉਮਰ ਦਾ ਸਭ ਤੋਂ ਯੰਗੈਸਟ ਡਾਇਰੈਕਟਰ, ਜਿਹਨੇ ਬਹੁਤ ਸਾਰੇ ਵੱਡੇ ਵੱਡੇ ਦਿੱਗਜਾਂ ਦੇ ਨਾਲ ਬਹੁਤ ਵੱਡੇ ਕੰਮ ਕੀਤੇ। ਬਹੁਤ ਕੰਮ ਕਰਨ ਤੋਂ ਬਾਅਦ ਅੱਜ ਸਾਡੀ ਇਹਦੀ ਪਹਿਲੀ ਮੂਵੀ ਜਿਹੜੀ ਪੰਜਾਬੀ ਇੰਡਸਟਰੀ ਵਾਲੀ। ਸੋ ਇਹ ਸਾਡੀ ਸਾਰੀ ਟੀਮ ਹੈ, ਇਹ ਸਾਰੇ ਕੰਮ ਕਰਨ ਵਾਲੇ ਬੰਦੇ ਨੇ ਜੀ। ਕਮੇਡੀ ਦਾ ਇੱਕ ਤੜਕਾ ਦਿਖਾਈ ਦੇ ਰਿਹਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਰੇ ਸਟਾਰਕਾਸਟ ਜਿਹੜੇ ਹੈਗੇ, ਜੇ ਸਾਰੇ ਇੱਕ ਤੋਂ ਇੱਕ ਕਮੇਡੀਅਨ ਸਾਰੇ ਸਟਾਰਕਾਸਟ ਨੇ, ਕਿਸ ਤਰ੍ਹਾਂ ਦਾ ਇਹ ਤੜਕਾ ਰਹੇਗਾ ਜੀ ਇਸ ਫਿਲਮ? ਪਹਿਲੀ ਗੱਲ ਤਾਂ ਜਿਵੇਂ ਆਪਾਂ ਕਹਿੰਦੇ ਹਾਂ ਕਿ ਜਦੋਂ ਸੈਨਿਕਾਂ ਦੇ ਲੀਹਾਂ ਪਈਆਂ ਹੋਣ, ਉਹ 'ਚ ਚੱਲਣਾ ਬਹੁਤ ਸੌਖਾ ਹੋਣਾ। ਸਾਡੀ ਪੰਜਾਬੀ ਇੰਡਸਟਰੀ ਬਹੁਤ ਵੱਡੇ ਪੱਧਰ 'ਤੇ ਇਸ ਟਾਈਮ ਪੂਰੀ ਇੰਡਸਟਰੀ ਛਾਈ ਹੋਈ ਹੈ, ਪੂਰੀ ਦੁਨੀਆ 'ਤੇ ਛਾਈ ਹੋਈ ਹੈ, ਪਰ ਜਿਹੜੀਆਂ ਲੀਹਾਂ ਦੇ ਵਿੱਚ ਚੱਲਣਾ ਆਪਾਂ ਕਹਿੰਦੇ ਹਾਂ ਸੈਨਿਕ ਕਹਿੰਦੇ ਨੇ, ਸਾਡੀ ਟੀਮ ਨੇ ਥੋੜ੍ਹਾ ਜਿਹਾ ਉਹ ਤੋਂ ਹੱਟ ਕੇ ਕੰਮ ਕੀਤਾ, ਇੱਕ ਨਵੀਂ ਲੀਹ ਪਾਈ ਹੈ ਰੂਟੀਨ ਦੇ ਵਿੱਚ। ਜਿਹੜੀਆਂ ਆਪਾਂ ਜਿੰਨੀਆਂ ਹੁਣ ਫਿਲਮਾਂ ਆਉਂਦੀਆਂ ਨੇ, ਮੋਸਟ ਪ੍ਰੋਬਲੀ ਸਾਰੀਆਂ ਫਿਲਮਾਂ ਨੂੰ ਛੱਡ ਕੇ, ਕੁਛ ਫਿਲਮਾਂ ਨੂੰ ਛੱਡ ਕੇ ਜਿਹਨਾਂ 'ਚੋਂ ਜਿਵੇਂ ਅਰਦਾਸ ਹੈ, ਅੰਗਰੇਜ਼ ਹੈ, ਇੱਦਾਂ ਦੇ ਕੁਛ ਕੋਨਸੈਪਟ ਛੱਡ ਕੇ, ਬਾਕੀ ਆਲਮੋਸਟ ਸਾਰਿਆਂ 'ਚ ਸੇਮ ਆਰਟਿਸਟ, ਸੇਮ ਕਮੇਡੀਅਨਸ, ਸੇਮ ਉੱਦਾਂ ਦੇ ਕੋਨਸੈਪਟ, ਸੇਮ ਉੱਦਾਂ ਦੇ ਮਿਊਜ਼ਿਕ ਡਾਇਰੈਕਟਰਸ, ਹਰ ਸਾਰੀਆਂ ਚੀਜ਼ਾਂ ਆਲਮੋਸਟ ਸੇਮ ਸੇਮ ਹੁੰਦੀਆਂ ਨੇ। ਸਾਡੀ ਟੀਮ ਨੇ ਇੱਕ ਵੱਡਾ ਉਪਰਾਲਾ ਕੀਤਾ ਕਿ ਉਹ ਆਰਟਿਸਟ ਜਿਹੜੇ ਥੀਏਟਰ ਦੇ ਆਰਟਿਸਟ ਨੇ ਜਾਂ ਟੀ ਵੀ ਦੇ ਆਰਟਿਸਟ ਨੇ, ਉਹਨਾਂ ਨੂੰ ਐਜ਼ ਆ ਕਮੇਡੀਅਨ ਲਿਆ ਜਾਵੇ। ਜਿਹੜੇ ਆਰਟਿਸਟਾਂ ਦੀਆਂ ਬਹੁਤ ਮੂਵੀਆਂ ਨਹੀਂ ਆਈਆਂ, ਉਹ ਆਰਟਿਸਟ ਲੈ ਜਾਣ, ਤਾਂ ਕਿ ਅਸੀਂ ਇਹ ਪ੍ਰੂਫ ਕਰੀਏ ਕਿ ਕੰਮ ਇਕੱਲੇ ਨਾਮੀ ਬੰਦਿਆਂ ਨਾਲ ਨਹੀਂ, ਕੰਮ ਆਰਟਿਸਟਾਂ ਨਾਲ ਹੋਊ ਜਿਹੜੇ ਕੰਮ ਕਰਨਾ ਜਾਣਦੇ ਨੇ। ਸੋ ਉਹਦੇ ਲਈ ਮੈਂ ਚਾਹੁੰਦਾ ਕਿ ਹਰਪ੍ਰੀਤ, ਥੋੜ੍ਹੇ ਜਿਹੇ ਤੁਸੀਂ ਵੀ ਇਹ ਗੱਲ ਜ਼ਰੂਰ ਦੱਸੋ ਕਿ ਤੁਹਾਡੇ ਮਨ 'ਚ ਕੀ ਸੀ ਜਦੋਂ ਕੰਸੈਪਟ ਸ਼ੁਰੂ ਕੀਤਾ? ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਂਡ ਹੈਪੀ ਨਿਊ ਈਅਰ ਨਾਲ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ। ਅਤੇ ਜਿੱਦਾਂ ਹੁਣ ਭਾਅ ਜੀ ਨੇ ਗੱਲ ਕੀਤੀ ਵੀ ਪਿਕਚਰ ਜਿਹੜਾ ਸਿਨੇਮਾ ਜੀ ਉਹ ਬਹੁਤ ਡਿਫਰੈਂਟ ਹੋਣਾ ਚਾਹੀਦਾ, ਕਿਉਂਕਿ ਅਗਰ ਤੁਸੀਂ ਅੱਜ ਦੀ ਡੇਟ 'ਚ ਜਿੰਨੇ ਵੀ ਦੌਰ 'ਚ ਪਿਕਚਰਾਂ ਆ ਰਹੀਆਂ, 4-5 ਸਾਲ ਤੋਂ ਆਪਾਂ ਦੇਖ ਰਹੇ ਹਾਂ, ਉਹ ਸਾਰੇ ਪਿਕਚਰਾਂ ਚੈਨਲ 'ਤੇ ਵੀ ਚੱਲਦੀਆਂ ਜਾਂ ਥੀਏਟਰ 'ਚ ਵੀ ਤੁਸੀਂ ਦੇਖਦੇ ਹੋ, ਤਾਂ ਉਹਨਾਂ ਦਾ ਪਹਿਲਾ ਪਾਰਟ ਕਿਸੇ ਹੋਰ ਪਿਕਚਰ ਦਾ, ਦੂਸਰਾ ਪਾਰਟ ਕਿਸੇ ਹੋਰ ਪਿਕਚਰ ਦਾ, ਅਗਰ ਆਪਾਂ ਮਿਲਾ ਦਈਏ ਤਾਂ ਆਪਾਂ ਇਹ ਜੱਜਮੈਂਟ ਕਰਨੀ ਔਖੀ ਹੁੰਦੀ ਹੈ ਕਿ ਆਪਾਂ ਪਿਕਚਰ ਕਿਹੜੀ ਦੇਖ ਰਹੇ ਹਾਂ, ਆਪਾਂ ਨੂੰ ਰਿਮਾਇੰਡ ਕਰਨਾ ਪੈਂਦਾ ਔਰ ਆਪਾਂ ਤਾਂ ਇਹ ਪਿਕਚਰ ਦੇਖ ਰਹੇ ਹਾਂ। ਕੁਝ ਕੁ ਫਿਲਮਾਂ ਨੂੰ ਛੱਡ ਕੇ ਬਾਕੀ ਸਾਰੀਆਂ ਪਿਕਚਰਾਂ ਸੇਮ ਪੈਟਰਨ 'ਤੇ ਬਣ ਰਹੀਆਂ ਨੇ, ਅਤੇ ਜਿਹੜੇ ਦਰਸ਼ਕ ਨੇ ਟਿਕਟ ਖਰਚ ਕੇ ਜਾਂਦੇ ਆ ਥੀਏਟਰ ਦੇ ਵਿੱਚ, ਅਤੇ ਉਹ ਕਈ ਬੰਦੇ ਤਾਂ ਇੰਟਰਵਲ ਤੋਂ ਬਾਅਦ ਹੀ ਉੱਠ ਕੇ ਆ ਜਾਂਦੇ ਆ, ਜਾਂ ਪਹਿਲਾਂ ਸੀਨ ਦੇਖਣ ਤੋਂ ਬਾਅਦ ਹੀ ਪੂਰੀ ਸਟੋਰੀ ਸਮਝ 'ਚ ਆ ਜਾਂਦੀ ਹੈ। ਤਾਂ ਸਾਡੇ ਲਈ ਇਹ ਬੜਾ ਚੈਲੰਜ ਸੀਗਾ ਵੀ ਅਸੀਂ ਸਿਨੇਮਾ ਪੇਸ਼ ਕਰੀਏ, ਅਤੇ ਉਹਦੇ ਵਿੱਚ ਅਸੀਂ ਕੰਸੈਪਟ ਸਾਡਾ ਬਹੁਤ ਵਧੀਆ, ਟਵਿਸਟ ਟੇਨ ਇਨ ਟਵਿਸਟ ਹੈ, ਹਰ 3 ਮਿੰਟ ਬਾਅਦ ਪਿਕਚਰ ਕੁਝ ਇੱਦਾਂ ਦੇ ਟਵਿਸਟ ਕ੍ਰੀਏਟ ਹੁੰਦੇ ਨੇ ਕਿ ਤੁਸੀਂ ਰਿਲੈਕਸ ਹੋ ਕੇ, ਦਰਸ਼ਕ ਜੋ ਵੀ ਪਿਕਚਰ ਦੇਖਣਗੇ ਉਹ ਰਿਲੈਕਸ ਹੋ ਕੇ ਨਹੀਂ ਦੇਖ ਪਾਉਣਗੇ, ਉਹ ਕਹਿਣਗੇ ਐਕਸਾਈਟਮੈਂਟ ਦੇ ਨਾਲ ਵੀ ਹੈ ਅੱਗੇ ਕੀ ਹੋਣਾ, ਅੱਛਾ ਆਹ ਹੋ ਗਿਆ, ਇਸ ਤੋਂ ਬਾਅਦ ਕੀ ਹੋਊਗਾ, ਅਤੇ ਪੂਰੀ ਐਕਸਾਈਟਮੈਂਟ ਵਾਲੀ ਪਿਕਚਰ ਹੈ ਜੀ, ਐਨਰਜੀ ਵਾਲੀ ਪਿਕਚਰ ਹੈ।
ਤੜਕਾ ਸਾਰਾ ਹੀ ਹੈ, ਕਾਮੇਡੀ ਦਾ ਵੀ ਤੜਕਾ, ਪਿਕਚਰ 'ਚ ਐਕਸ਼ਨ ਵੀ ਹੈ। ਨੋਰਮਲੀ ਪੰਜਾਬੀ ਪਿਕਚਰਾਂ ਦਾ ਐਕਸ਼ਨ ਤੁਹਾਨੂੰ ਪਤਾ ਹੀ ਹੈ ਨਾ। ਅਸੀਂ ਕਈ ਵਾਰ ਗੱਲ ਕਰਦੇ ਹਾਂ ਕਿ ਨੋਰਮਲ ਜਿੰਨੀ ਆਪਣੀ ਹੁਣ ਪੰਜਾਬੀ ਫਿਲਮਾਂ ਬਣਦੀਆਂ ਸਾਰੇ ਆਪਾਂ ਜਾਣਦੇ ਹਾਂ, ਦੋ ਤਿੰਨ ਦਿਨ ਦੇ ਵਿੱਚ ਜਿਹੜਾ ਫਾਈਟ ਸੀਕੁਐਂਸ ਹੈ ਕੰਪਲੀਟ ਹੋ ਜਾਂਦਾ। ਸਾਡੀ ਮੂਵੀ ਦਾ 12 ਦਿਨ ਦਾ ਫਾਈਟ ਸੀਕੁਐਂਸ ਹੈ, ਇਹਦੇ ਵਿੱਚ 12 ਦਿਨਾਂ 'ਚ ਕੰਪਲੀਟ ਕੀਤਾ ਗਿਆ। ਕਾਫੀ ਵੱਡੇ ਪੱਧਰ 'ਤੇ ਉਹਨੂੰ ਜਿਹੜਾ ਪਲਾਨਿੰਗ ਕੀਤੀ, ਕਿੰਦਰ ਭਾਅ ਜੀ ਸਾਡੇ ਜਿਹੜੇ ਜਿਨ੍ਹਾਂ ਨੇ ਜਨਮ ਸਿੰਘ ਸਕੀਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਉਹਨਾਂ ਨੇ ਸਾਰਾ ਫਾਈਟ ਸੀਕੁਐਂਸ ਜਿੰਨਾ ਵੀ ਸੀਗਾ, ਉਸ ਤੋਂ ਬਾਅਦ ਜਿਹੜੇ ਸਾਡੀ ਗਰੁੱਪ ਦਾ ਜਿਨ੍ਹਾਂ ਨੇ ਮਿਊਜ਼ਿਕ ਕੀਤਾ ਜਿਨ੍ਹਾਂ 'ਚੋਂ, ਉਹਦੇ ਵਿੱਚ ਵੀ ਅਸੀਂ ਉਹ ਜਿਹੜੇ ਸਾਡੇ ਭਰਾ ਨੇ, ਨਵੀਂ ਜਿਹੜੀ ਜਨਰੇਸ਼ਨ ਹੈ ਉਹ ਨਾਲ ਜੁੜੀ ਹੈ। ਨੱਚੋ ਟੋਨੀ ਹੈ, ਆਰ ਗੁਰੂ ਹੈ, ਹਰਮਨ ਰਾਜ ਹੈ, ਓਮਕਾਰ ਰਾਜ ਹੈ, ਕਾਫੀ ਲੋਕ ਨੇ ਜਿਨ੍ਹਾਂ ਨੇ ਇਹਦੇ ਵਿੱਚ ਜੁੜੇ ਨੇ। ਫਿਰ ਰਾਈਟਰ ਨੇ ਜਿਨ੍ਹਾਂ 'ਚੋਂ ਕਿੰਗ ਦੀ ਮੇਰਾ ਛੋਟਾ ਭਰਾ, ਫਿਰ ਉਹ ਤੋਂ ਬਾਅਦ ਗੁਰਵਿੰਦਰ ਮਾਨ ਜਿਨ੍ਹਾਂ ਦੇ ਕਾਫੀ ਗਾਣੇ ਪਹਿਲਾਂ ਫੇਮਸ ਨੇ, ਉਹਨਾਂ ਦੇ ਦੋ ਗਾਣੇ ਨੇ, ਇੱਕ ਗਾਣਾ ਮੇਰਾ ਲਿਖਿਆ ਹੋਇਆ। ਦੋ ਗਾਣੇ ਉਹ ਨੇ ਜਿਹੜੇ ਸਿਚੁਏਸ਼ਨਲ ਨੇ, ਉਹ ਹਰ ਜਗ੍ਹਾ ਦੇ ਵਿੱਚ ਵਿੱਚ ਚੱਲਦੇ ਰਹਿੰਦੇ ਨੇ, ਜਿਹਨਾਂ 'ਚੋਂ ਇੱਕ ਦਿਲ ਦਾ ਮਾਮਲਾ, ਇੱਕ ਜਿਹੜਾ ਮੇਰੇ ਕਰੈਕਟਰ ਨੂੰ ਵਾਰ ਵਾਰ ਡਿਫਾਈਨ ਕਰਦਾ ਹਿਲ ਸਾਹਿਬ ਚੱਲਦਾ ਰਹਿੰਦਾ, ਸੋ ਉਹ ਦੋਨੋਂ ਗਾਣੇ ਮੇਰੇ ਗਾਏ ਹੋਏ ਨੇ। ਇੱਕ ਰੋਮੈਂਟਿਕ ਗਾਣਾ ਮੇਰਾ ਗਾਇਆ ਹੋਇਆ, ਇੱਕ ਸਾਡੇ ਤਿੰਨਾਂ ਦੇ ਉੱਪਰ ਫਰਮਾਇਆ ਹੋਇਆ ਮੇਰੇ ਉੱਪਰ, ਅਤੇ ਮੰਗੀ ਮਾਲ ਅਤੇ ਰਾਜੂ ਚਾਰ, ਉਹ ਵਿਆਹ ਵਾਲਾ ਗਾਣਾ। ਉਸ ਸੀਜ਼ਨ ਦੇ ਵਿੱਚ ਹਰ ਵਿਆਹ ਵਾਲਾ ਮੁੰਡਾ ਉਸ ਗਾਣੇ ਨੂੰ ਲਾ ਕੇ ਇੰਜੋਏ ਗਾਰੰਟੀ ਕਦਾ ਕਰੂ। ਸੋ ਇੱਕ ਗਾਣਾ ਰਾਜੂ ਸਾਹਿਬ ਦਾ ਜਿਹੜਾ ਰਾਏਵੜਾ ਦਾ ਸਟਾਰਟਿੰਗ ਦੇ ਵਿੱਚ ਹੈ, ਮੁੰਡੇ ਲੜਪੇ ਕਾਲਜ ਦੇ, ਇਹਦਾ ਨਾਂ ਰੱਖਣ ਦੇ ਮਾਰੇ ਉਹ ਰੀਮੇਕ ਕਰਕੇ ਪਾਇਆ। ਜਿਹੜਾ ਮੇਰਾ ਗਾਣਾ ਰੋਮੈਂਟਿਕ, ਉਹ ਮੀਨਾ ਹੋਣਾ ਦੇ ਉੱਪਰ ਵੀ ਫਰਮਾਇਆ, ਨਾਲ ਦੁਬਈ ਸ਼ੂਟ ਕੀਤਾ ਸੀ। ਜਿੰਨਾ ਚਿਰ ਵੇਖ ਨਾ ਲਾਵਾਂ ਮੈਂ ਮੇਰੀ ਜਾਨ ਨੂੰ, ਓਨਾ ਚਿਰ ਜਾਨ ਵਿੱਚ ਜਾਨ ਆਵੇ ਨਾ। ਉਹਦੀ ਇੱਕ ਲਾਈਨ ਹੈ, ਬਹੁਤ ਹੀ ਪਿਆਰਾ, ਬਹੁਤ ਸ਼ਾਇਰੀ ਭਰਪੂਰ ਗੁਰਵਿੰਦਰ ਮਾਨ ਨੇ ਲਿਖੀ। ਕਿੱਥੇ ਕਿੱਥੇ ਸ਼ੂਟ ਹੋਈ ਸਾਰੀ? ਇਹ ਸ਼ੁਰੂ ਹੋਈ ਜੀ ਲਵਲੀ ਯੂਨੀਵਰਸਿਟੀ, ਫਿਰ ਪਟਿਆਲਾ ਯੂਨੀਵਰਸਿਟੀ, ਇੱਕ ਗੋਬਿੰਦਗੜ੍ਹ ਦੇ ਕਾਲਜ ਵਿੱਚ ਸ਼ੂਟ ਹੋਈ, ਕਿਉਂਕਿ ਕਾਲਜ ਦਾ ਕਾਫੀ ਹਿੱਸਾ ਇਹਦੇ ਵਿੱਚ ਮੂਵੀ ਦੇ ਵਿੱਚ ਹੈਗਾ। ਫਿਰ ਜਿਹੜੇ ਆਪਣੇ ਘਰਾਂ ਦੇ ਸ਼ਾਟ ਸੀ ਉਹ ਪਟਿਆਲਾ ਵੀ ਸ਼ੂਟ ਕੀਤਾ, ਫਿਰ ਅਸੀਂ ਕੁਛ ਬੰਬੇ ਸ਼ੂਟ ਕੀਤਾ, ਚੰਡੀਗੜ੍ਹ ਗਾਣਾ ਸ਼ੂਟ ਕੀਤਾ ਕਲੱਬ ਦੇ ਵਿੱਚ, ਇੱਕ ਗਾਣਾ ਦੁਬਈ ਦੇ ਵਿੱਚ ਸ਼ੂਟ ਕੀਤਾ ਜਿਹੜਾ ਰੋਮੈਂਟਿਕ। ਇੱਕ ਜਗ੍ਹਾ 'ਤੇ ਸ਼ੂਟ ਨਹੀਂ ਹੋਈ ਜੀ, ਵੇਰੀਏਸ਼ਨ ਆਫ ਲੋਕੇਸ਼ਨਸ ਨੇ ਪਿਕਚਰ ਵਿੱਚ, ਸਿਨੇਮਾ ਦੀ ਜਿਹੜੀ ਰੀਅਲ ਆਪਾਂ ਸੈਂਸ ਮੰਨਦੇ ਹਾਂ ਅਗਰ, ਕਿਉਂਕਿ ਅਸੀਂ ਜਿਹਨਾਂ ਕੋਲੋਂ ਕੰਮ ਸਿੱਖਿਆ ਜੀ ਬੰਬੇ ਸਟਰਗਲ ਕੀਤਾ ਕਾਫੀ ਦੇਰ, ਬਹੁਤ ਟਾਈਮ ਹੋ ਗਿਆ, ਅਤੇ ਉਹ ਸਾਨੂੰ ਇਹ ਕਹਿੰਦੇ ਹੁੰਦੇ ਸੀ ਵੀ ਕੰਟੈਂਟ ਸੋਲਿਡ ਹੋਣਾ ਚਾਹੀਦਾ। ਅਗਰ ਬਿਲਡਿੰਗ ਵੀ ਆਪਾਂ ਬਣਾਉਣੇ ਆ ਜੀ ਕੋਈ ਵੀ, ਤਾਂ ਨੀਹਾਂ ਜਿਹੜੀਆਂ ਸਟਰੋਂਗ ਹੋਣਗੀਆਂ ਤਾਂ ਬਿਲਡਿੰਗ ਜਿਹੜੀ ਆ ਕਾਫੀ ਉੱਚੀ ਬਣੂਗੀ। ਅਤੇ ਕੰਟੈਂਟ ਬੇਸਡ ਪਿਕਚਰ ਆ, ਕੋਈ ਪਿਕਚਰ ਦੇ ਵਿੱਚ ਇੱਕ ਜਗ੍ਹਾ 'ਤੇ ਸ਼ੂਟ ਨਹੀਂ ਹੋਈ ਵੀ ਆਪਾਂ ਜੋ ਸਾਨੂੰ ਅੱਛਾ ਲੱਗਿਆ ਜਿੱਥੇ ਹਾਂ ਇੱਥੇ ਸਾਨੂੰ ਸ਼ੂਟ ਕਰਨਾ ਚਾਹੀਦਾ ਉੱਥੇ ਹੀ ਭਾਅ ਆਪਾਂ ਸ਼ੂਟ ਕੀਤਾ। ਇਹ ਨੀਹਾਂ ਦੀ ਗੱਲ ਇਸ ਲਈ ਕੀਤੀ ਇਹਨਾਂ ਨੇ ਕਿਉਂਕਿ ਦੱਸ ਰਹੇ ਨੇ ਕਿ ਮੈਂ ਰਾਮਗੜੀਆਂ ਦਾ ਬੰਦਾ, ਸੋ ਮੈਨੂੰ ਲੱਗਦਾ ਜਿਹੜਾ ਤੁਹਾਨੂੰ ਇੱਥੋਂ ਪਤਾ ਲੱਗ ਗਿਆ ਕਿ ਰਾਮਗੜੀਆਂ ਜਿਹੜੇ ਕੰਮ ਦੁਨੀਆਂ 'ਚ ਕਰਦੇ ਨੇ, ਸੋ ਕੰਮ ਬੜੇ ਤਰੀਕੇ ਨਾਲ ਦੁਨੀਆਂ 'ਚ ਕੀਤਾ ਹੋਇਆ। ਮੇਰਾ ਗੱਲ ਬਹਿ ਗਿਆ ਦੋਸਤੋ, ਫਿਲਮ ਦੇਖਣ ਜ਼ਰੂਰ ਆਇਓ। ਠੰਡ ਦੇ ਦਿਨਾਂ ਵਿੱਚ ਵੀ ਅਸੀਂ ਭੱਜੇ ਫਿਰਦੇ ਹਾਂ, ਦਿਨ ਸਿਰਫ 4 ਨੇ, 4 ਵੀ ਨਿਕਲ ਚੁੱਕੇ ਨੇ, ਅੱਜ ਦਾ ਦਿਨ ਹੈ, ਕੱਲ੍ਹ ਫਿਲਮ ਲੱਗਣੀ ਹੈ, ਸੋ ਸਿਨੇਮਿਆਂ 'ਚ ਆ ਕੇ ਪਟਾਕੇ ਪਾ। ਸਤਿ ਸ਼੍ਰੀ ਅਕਾਲ।